ਬਹੁਤ ਹੀ ਰੋਸ਼ ਹੈ ਵੀ ਸਾਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਭਰੋਸਾ ਦਿੱਤਾ ਸੀ ਵੀ ਇਸ ਹਲਕੇ ਤੋਂ ਇਸ ਵਾਰ ਅਸੀਂ ਤੁਹਾਨੂੰ ਟਿਕਟ ਦੇ ਕੇ ਨਵਾਜਾਂਗੇ। ਅਸੀਂ ਵੀ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਸੀ ਵੀ ਇਹ ਸੀਟ ਅਸੀਂ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ। ਉਹਨਾਂ ਨੇ ਇੱਕ ਜਿਹੜਾ ਲੋਕਾਂ ਦਾ ਨਕਾਰਿਆ ਹੋਇਆ ਬੰਦਾ ਹੈ, ਕਿਉਂਕਿ ਪਿਛਲੀ ਵਾਰ ਵੀ ਲੋਕਾਂ ਨਕਾਰਤਾ ਸੀ, ਹੁਣ ਵੀ ਉਹ ਬਹੁਤ ਭਾਰੀ ਮਾਰਜਨ ਦੇ ਨਾਲ ਹਾਰੂਗਾ, ਕਿਉਂਕਿ ਯੂਥ ਸਾਰਾ ਨਿਰਮਲ ਸਿੰਘ ਦੇ ਖਿਲਾਫ ਹੈ। ਇਹ ਯੂਥ ਸਾਰਾ ਸੇਵਾ ਰਾਮ ਮਛਾਲ ਦੇ ਨਾਲ ਤੁਰ ਰਿਹਾ ਅਤੇ ਔਰ ਚੱਲ ਰਿਹਾ ਔਰ ਡਟ ਕੇ ਐਂਡ ਤੱਕ ਸਾਥ ਦੇਊਗਾ। ਯੂਥ ਇਹ ਮੰਗ ਕਰ ਰਿਹਾ ਨਿਰਮਲ ਸਿੰਘ ਦੀ ਟਿਕਟ ਕੱਟ ਕੇ ਹੁਣ ਵੀ ਸੇਵਾ ਰਾਮ ਮਛਾਲ ਨੂੰ ਜੇਕਰ ਦਿੱਤੀ ਜਾਂਦੀ ਹੈ ਤਾਂ ਇਹ ਸਾਰੇ ਕਾਂਗਰਸ ਦਾ ਸਾਥ ਦੇਣਗੇ, ਨਹੀਂ ਤਾਂ ਯੂਥ ਇਸ ਵਾਰ ਕਾਂਗਰਸ ਦਾ ਸਤਰਾਣੇ ਵਿੱਚ ਤਾਂ ਬਾਈਕਾਟ ਕਰੂਗਾ ਹੀ ਕਰੂਗਾ, ਆਲ ਪੰਜਾਬ ਦੇ ਵਿੱਚੋਂ ਹੀ ਬਾਈਕਾਟ ਕਰਨਗੇ। ਇਹਦੀ ਵੋਟ ਜਿਹੜਾ ਬੈਂਕ ਆ ਬਹੁਤ ਜ਼ਿਆਦਾ, ਉਹ ਸੇਵਾ ਰਾਮ ਮਛਾਲ ਨਾਲ ਹੈ। ਜਿੰਨਾ ਸਾਡਾ ਯੂਥ ਹੈ ਸਾਡੇ ਨਾਲ, ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਜਿੱਦਾਂ ਕਹੀਏ ਵਿਤਕਰਾ ਕੀਤਾ, ਸਾਡੇ ਨਾਲ ਧੋਖਾ ਹੋਇਆ। ਜਿੱਦਾਂ ਕਿ ਸਾਡੇ ਸੇਵਾ ਰਾਮ ਮਛਾਲ ਸਾਡੇ ਲੋਕਾਂ ਦੇ ਵਿੱਚ ਵਿਚਰਦੇ ਆ ਰਹੇ ਨੇ, ਘਰ ਘਰ ਜਾਂਦੇ ਆ, ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ। ਜਿਹੜੇ ਆਪਣੇ ਨਿਰਮਲ ਸਿੰਘ ਜੀ ਨੇ, ਮੈਂ ਨਹੀਂ ਵੇਖਿਆ ਵੀ ਜਦੋਂ ਦਾ ਮੈਂ ਉਹਦੀ ਸੁਰਤ ਸੰਭਾਲੀ ਆ ਕਦੇ ਸਾਡੇ ਪਿੰਡ ਆਏ ਨੇ ਅਤੇ ਸਾਡੇ ਦੁੱਖ ਸੁੱਖ ਦੇ ਵਿੱਚ ਸਾਂਝੇ ਹੋਏ ਨੇ।